ਅੱਜ ਕਿਸੇ ਵੀ ਦੇਸ਼ ਲਈ ਜਾਂ ਕਹੀਏ ਸਟੇਟ ਦੇ ਲਈ ਪੁਲਿਸ ਇੱਕ ਬਹੁਤ ਜ਼ਰੂਰੀ ਮਹਿਕਮਾ ਹੈ, ਕਿਉਂਕਿ ਪੁਲਿਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਆਪਣੀ ਸਟੇਟ ਦੇ ਅੰਦਰ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਇੰਡੀਆ ਦੇ 10 ਕਿਹੜੀਆਂ ਸਟੇਟਾਂ ਨੇ ਜਿੱਥੋਂ ਦੀ ਪੁਲਿਸ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਹੈ। ਇਹ ਅੰਕੜੇ ਇਸ ਆਧਾਰ ਤੇ ਤਿਆਰ ਕੀਤੇ ਗਏ ਨੇ ਕਿ ਕਿਹੜੀ ਸਟੇਟ ਦਾ ਪੁਲਿਸ ਦਾ ਬਿਹੇਵੀਅਰ ਕਿੰਨਾ ਵਧੀਆ ਹੈ ਆਮ ਲੋਕਾਂ ਦੇ ਲਈ, ਉੱਥੋਂ ਦੀ ਪੁਲਿਸ ਕਿੰਨੀ ਕਰਪਟ ਹੈ ਤੇ ਆਪਣੀ ਡਿਊਟੀ ਨੂੰ ਉਹ ਕਿੰਨੀ ਤਨਦੇਹੀ ਨਾਲ ਕਰਦੀ ਹੈ, ਤੇ ਉਸ ਸਟੇਟ ਦੇ ਵਿੱਚ ਪਿਛਲੇ 1 ਸਾਲ ਤੋਂ ਕ੍ਰਾਈਮ ਕਿੰਨਾ ਹੈ। ਇਹਨਾਂ ਸਾਰੇ ਅੰਕੜਿਆਂ ਨੂੰ ਮਿਲਾ ਕੇ ਇਹ ਲਿਸਟ ਨੂੰ ਤਿਆਰ ਕੀਤਾ ਗਿਆ ਹੈ। ਤੇ ਇਸ ਤਰ੍ਹਾਂ ਹੀ ਇੰਡੀਆ ਦੀ ਸਭ ਤੋਂ ਵਧੀਆ 10 ਸਟੇਟਾਂ ਦੀ ਪੁਲਿਸ ਦੀ ਲਿਸਟ ਤਿਆਰ ਹੋਈ ਹੈ, ਤੇ ਪਹਿਲੇ ਨੰਬਰ ਤੇ ਜਿਹੜੀ ਸਟੇਟ ਹੈ ਉਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸੋ ਜੁੜੇ ਰਹੋ ਮੇਰੇ ਨਾਲ, ਮੈਂ ਤੁਹਾਡਾ ਹੋ ਜਸਪੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਟ ਟੀਵੀ। ਨੰਬਰ 10 ਤੇ ਜਿੱਥੋਂ ਦੀ ਪੁਲਿਸ ਵਧੀਆ ਹੈ ਉਹ ਸਟੇਟ ਹੈ ਜੀ ਪਾਂਡੂਚੇਰੀ। ਅਸਲ ਦੇ ਵਿੱਚ ਇਹ ਕੋਈ ਸਟੇਟ ਨਹੀਂ ਹੈ, ਇਹ ਇੱਕ ਯੂਨੀਅਨ ਟੈਰੀਟਰੀ ਹੈ। ਇਹ ਸਟੇਟ ਬਹੁਤ ਜ਼ਿਆਦਾ ਸੋਹਣੀ ਹੈ, ਪਰ ਇੱਥੋਂ ਦੀ ਖੂਬਸੂਰਤੀ ਹੋਰ ਜ਼ਿਆਦਾ ਵਧੀਆ ਹੋ ਜਾਂਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਇੱਥੋਂ ਦਾ ਪ੍ਰਸ਼ਾਸਨ ਕਿੰਨਾ ਵਧੀਆ ਕੰਮ ਕਰ ਰਿਹਾ ਹੈ। ਅੱਜ ਦੇ ਦਿਨ ਪਾਂਡੂਚੇਰੀ ਦੀ ਪੁਲਿਸ ਨੂੰ ਪੂਰੇ ਇੰਡੀਆ ਦੇ ਵਿੱਚੋਂ 10ਵੀਂ ਸਭ ਤੋਂ ਵਧੀਆ ਪੁਲਿਸ ਮੰਨਿਆ ਜਾਂਦਾ ਹੈ, ਕਿਉਂਕਿ ਇੱਥੋਂ ਦੀ ਪੁਲਿਸ ਦੇ ਵਿੱਚ ਰਿਸ਼ਵਤਖੋਰ ਪੁਲਿਸ ਮੁਲਾਜ਼ਮਾਂ ਦੀ ਸੰਖਿਆ ਬਹੁਤ ਘੱਟ ਹੈ ਤੇ ਇਹਨਾਂ ਦਾ ਵਤੀਰਾ ਆਮ ਲੋਕਾਂ ਦੇ ਲਈ ਕਾਫੀ ਜ਼ਿਆਦਾ ਵਧੀਆ ਹੈ। ਅੱਜ ਦੇ ਦਿਨ ਪਾਂਡੂਚੇਰੀ ਦੀ ਪੁਲਿਸ ਨੂੰ 6.91 ਸਕੋਰ ਮਿਲਿਆ ਹੈ, ਜਿਸ ਦੇ ਨਾਲ ਇੰਡੀਆ ਦੀ ਸਭ ਤੋਂ ਵਧੀਆ 10ਵੀਂ ਪੁਲਿਸ ਹੈ। ਨੰਬਰ 9 ਦੀ ਲਿਸਟ ਦੇ ਉੱਪਰ ਹੈ ਹਿਮਾਚਲ ਪ੍ਰਦੇਸ਼ ਦੀ ਪੁਲਿਸ। ਹਿਮਾਚਲ ਦੀ ਪੁਲਿਸ ਦਾ ਵਤੀਰਾ ਹੋਰ ਸਟੇਟਾਂ ਦੀ ਪੁਲਿਸ ਦੇ ਨਾਲੋਂ ਕਾਫੀ ਵਧੀਆ ਹੈ, ਤੇ ਇਹਨਾਂ ਦਾ ਹਿਮਾਚਲ ਦੇ ਹਰ ਸ਼ਹਿਰ, ਗਲੀ ਅਤੇ ਪਿੰਡ ਦੇ ਉੱਪਰ ਕਾਫੀ ਜ਼ਿਆਦਾ ਕੰਟਰੋਲ ਵੀ ਹੈ, ਜਿਸ ਦੇ ਕਾਰਨ ਹੀ ਇੱਥੇ ਦਿਨ-ਪੋ-ਦਿਨ ਟੂਰਿਸਟ ਦੀ ਸੰਖਿਆ ਵੱਧ ਰਹੀ ਹੈ, ਕਿਉਂਕਿ ਹਿਮਾਚਲ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਇੰਡੀਆ ਤੋਂ ਨਹੀਂ ਬਲਕਿ ਦੁਨੀਆ ਭਰ ਤੋਂ ਟੂਰਿਸਟ ਘੁੰਮਣ ਆਉਂਦੇ ਨੇ। ਇਸ ਲਈ ਹਿਮਾਚਲ ਦੇ ਲਈ ਇਹ ਚੀਜ਼ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਕਿ ਇੱਥੋਂ ਦੀ ਪੁਲਿਸ ਵਧੀਆ ਤਰੀਕੇ ਦੇ ਨਾਲ ਕੰਮ ਕਰੇ ਤਾਂ ਕਿ ਇੱਥੇ ਟੂਰਿਸਟ ਆਪਣੇ ਆਪ ਨੂੰ ਸੇਫ ਫੀਲ ਕਰ ਸਕਣ। ਹਿਮਾਚਲ ਦੀ ਪੁਲਿਸ ਦਾ ਅੱਜ ਦੇ ਦਿਨ ਸਕੋਰ ਹੈ 6.91, ਜਿਸ ਦੇ ਨਾਲ ਇੰਡੀਆ ਦੀ 9ਵੀਂ ਸਭ ਤੋਂ ਵਧੀਆ ਪੁਲਿਸ ਬਣਦੀ ਹੈ। ਇਸ ਲਿਸਟ ਦੇ ਵਿੱਚ ਨੰਬਰ 8 ਤੇ ਨਾਮ ਆਉਂਦਾ ਹੈ ਉੜੀਸਾ ਦਾ। ਉੜੀਸਾ ਦੇ ਵਿੱਚ ਭਾਵੇਂ ਆਮ ਲੋਕਾਂ ਦੇ ਕੋਲ ਪੈਸੇ ਦੀ ਕਮੀ ਹੈ ਤੇ ਇੱਥੋਂ ਦੀ ਇਕਨੋਮੀ ਵੀ ਕਾਫੀ ਥੱਲੇ ਹੈ, ਪਰ ਇਸ ਦੇ ਬਾਵਜੂਦ ਵੀ ਇੱਥੋਂ ਦੀ ਪੁਲਿਸ ਕਰਪਸ਼ਨ ਦੇ ਵਿੱਚ ਕਾਫੀ ਜ਼ਿਆਦਾ ਸਖਤ ਹੈ। ਇੱਥੇ ਰਿਸ਼ਵਤਖੋਰੀ ਨੂੰ ਕਾਫੀ ਜ਼ਿਆਦਾ ਸਖਤੀ ਦੇ ਨਾਲ ਨਜਿੱਠਿਆ ਜਾਂਦਾ ਹੈ। ਆਮ ਲੋਕਾਂ ਦੇ ਨਾਲ ਉੜੀਸਾ ਦੀ ਪੁਲਿਸ ਦਾ ਵਤੀਰਾ ਵੀ ਕਾਫੀ ਵਧੀਆ ਹੈ, ਇਸ ਕਰਕੇ ਉੜੀਸਾ ਦੀ ਪੁਲਿਸ ਦਾ ਸਕੋਰ ਅੱਜ ਦੇ ਦਿਨ ਹੈ 6.94। ਇਸ ਲਿਸਟ ਦੇ ਵਿੱਚ ਨੰਬਰ 7 ਦੇ ਉੱਪਰ ਆਉਂਦੀ ਹੈ ਗੁਜਰਾਤ ਦੀ ਪੁਲਿਸ। ਗੁਜਰਾਤ ਹੁਣ ਹਰ ਫੀਲਡ ਦੇ ਵਿੱਚ ਅੱਗੇ ਵਧ ਰਿਹਾ ਹੈ। ਗੁਜਰਾਤ ਦੀ ਪੁਲਿਸ ਲੁੱਟਾਂ ਖੋਹਾਂ ਜਾਂ ਕਈ ਰੌਬਰੀ ਨੂੰ ਰੋਕਣ ਦੇ ਲਈ ਪੂਰੇ ਇੰਡੀਆ ਦੇ ਵਿੱਚ ਜਾਣੀ ਜਾਂਦੀ ਹੈ, ਤੇ ਲੋਕਲ ਲੋਕਾਂ ਦੇ ਨਾਲ ਇਹਨਾਂ ਦੇ ਚੰਗੇ ਬਿਹੇਵੀਅਰ ਦੇ ਕਾਰਨ ਇੱਥੋਂ ਦੀ ਪੁਲਿਸ ਦਾ ਸਕੋਰ ਅੱਜ ਦੇ ਦਿਨ ਹੈ 7.04। ਇੰਨੇ ਵਧੀਆ ਸਕੋਰ ਦੇ ਕਾਰਨ ਇਹ ਪੁਲਿਸ ਹੁਣ 7ਵੇਂ ਨੰਬਰ ਤੇ ਹੈ। ਪੂਰੇ ਇੰਡੀਆ ਦੇ ਵਿੱਚ ਜਿਹੜੀ ਸਭ ਤੋਂ ਵਧੀਆ ਪੁਲਿਸ ਨੇ ਉਸ ਦੇ ਵਿੱਚ ਨੰਬਰ 6 ਤੇ ਆਉਂਦੀ ਹੈ ਮਿਜ਼ੋਰਮ ਦੀ ਪੁਲਿਸ। ਮਿਜ਼ੋਰਮ ਦੇ ਵਿੱਚ ਵੀ ਭਾਵੇਂ ਆਮ ਲੋਕਾਂ ਦੇ ਕੋਲ ਪੈਸੇ ਦੀ ਕਮੀ ਹੈ, ਪਰ ਇੱਥੋਂ ਦੇ ਲੋਕ ਕਾਫੀ ਜ਼ਿਆਦਾ ਵੈਲਕਮਿੰਗ ਨੇ ਤੇ ਇਹ ਸਟੇਟ ਵੀ ਬਹੁਤ ਜ਼ਿਆਦਾ ਸੋਹਣੀ ਹੈ। ਮਿਜ਼ੋਰਮ ਦੇ ਵਿੱਚ ਤੁਹਾਨੂੰ ਕਿਸੇ ਵੀ ਟਾਈਮ ਇੱਥੇ ਟੂਰਿਸਟ ਕਾਫੀ ਜ਼ਿਆਦਾ ਸੰਖਿਆ ਦੇ ਵਿੱਚ ਘੁੰਮਦੇ ਮਿਲ ਜਾਣਗੇ, ਇਸ ਲਈ ਇੱਥੋਂ ਦੀ ਪੁਲਿਸ ਦਾ ਚੰਗਾ ਕੰਮ ਕਰਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਪੁਲਿਸ ਇੱਥੇ ਰੂਲਸ ਨੂੰ ਲੈ ਕੇ ਕਾਫੀ ਜ਼ਿਆਦਾ ਸਖਤ ਹੈ, ਇਸ ਕਰਕੇ ਮਿਜ਼ੋਰਮ ਦੇ ਵਿੱਚ ਤੁਹਾਨੂੰ ਰਾਤ ਨੂੰ ਵੀ ਟੂਰਿਸਟ ਘੁੰਮਦੇ ਮਿਲ ਜਾਣਗੇ। ਰਾਤ ਨੂੰ ਵੀ ਇੱਥੇ ਟੂਰਿਸਟ ਬੇਫਿਕਰ ਹੋ ਕੇ ਘੁੰਮਦੇ ਨੇ, ਕਿਉਂਕਿ ਇਸ ਲੈਵਲ ਦੀ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ ਮਿਜ਼ੋਰਮ ਦੀ ਪੁਲਿਸ ਉਹਨਾਂ ਨੂੰ। ਇਹੀ ਕਾਰਨ ਕਰਕੇ ਮਿਜ਼ੋਰਮ ਦੀ ਪੁਲਿਸ ਦਾ ਅੱਜ ਦੇ ਦਿਨ ਸਕੋਰ ਹੈ 7.14। ਇਸ ਲਿਸਟ ਦੇ ਵਿੱਚ ਨੰਬਰ 5 ਤੇ ਆਉਂਦੀ ਹੈ ਜੀ ਸਿੱਕਮ ਦੀ ਪੁਲਿਸ। ਸਿੱਕਮ ਇੱਕ ਅਜਿਹਾ ਰਾਜ ਹੈ ਜਿਹੜਾ ਕਿ ਆਪਣੀ ਕੁਦਰਤੀ ਸੁੰਦਰਤਾ ਅਤੇ ਗਲੇਸ਼ੀਅਰ ਕਰਕੇ ਜਾਣਿਆ ਜਾਂਦਾ ਹੈ। ਸਿੱਕਮ ਦੀ ਪੁਲਿਸ ਲੁੱਟ ਖੋਹਾਂ ਨੂੰ ਰੋਕਣ ਤੋਂ ਲੈ ਕੇ ਆਮ ਲੋਕਾਂ ਨਾਲ ਵਧੀਆ ਵਿਹਾਰ ਦੇ ਕਾਰਨ ਤੇ ਸਿੱਕਮ ਦੇ ਵਿੱਚ ਟ੍ਰੈਫਿਕ ਨੂੰ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਕਰਨ ਦੇ ਲਈ ਜਾਣੀ ਜਾਂਦੀ ਹੈ। ਰਿਪੋਰਟਾਂ ਦਾ ਇਹ ਵੀ ਦਾਅਵਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਿੱਕਮ ਦੇ ਵਿੱਚ ਐਕਸੀਡੈਂਟ ਦੀ ਜਿਹੜੀ ਦਰ ਹੈ ਉਹ ਕਾਫੀ ਜ਼ਿਆਦਾ ਘਟ ਗਈ ਹੈ, ਕਿਉਂਕਿ ਇੱਥੋਂ ਦੀ ਪੁਲਿਸ ਕਾਫੀ ਜ਼ਿਆਦਾ ਸਖਤ ਹੈ ਟ੍ਰੈਫਿਕ ਦੇ ਰੂਲ ਨੂੰ ਲੈ ਕੇ। ਇਸ ਕਰਕੇ ਸਿੱਕਮ ਦੀ ਪੁਲਿਸ ਦਾ ਅੱਜ ਦੇ ਦਿਨ ਸਕੋਰ ਹੈ 7.18। ਨੰਬਰ 4 ਤੇ ਇਸ ਲਿਸਟ ਦੇ ਵਿੱਚ ਆਉਂਦੀ ਹੈ ਕੇਰਲਾ ਦੀ ਪੁਲਿਸ। ਕੇਰਲਾ ਸਾਊਥ ਇੰਡੀਆ ਦੀ ਉਹ ਸਟੇਟ ਹੈ ਜਿਹੜੀ ਕਿ ਹਰ ਇੱਕ ਰੈਂਕ ਦੇ ਵਿੱਚ ਉੱਪਰ ਹੀ ਰਹਿੰਦੀ ਹੈ। ਪੁਲਿਸ ਦੇ ਮਾਮਲੇ ਦੇ ਵਿੱਚ ਇਸ ਨੇ ਟੌਪ ਨਹੀਂ ਕੀਤਾ, ਪਰ ਟੌਪ 5 ਦੇ ਵਿੱਚ ਆਪਣੀ ਜਗ੍ਹਾ ਇਸ ਨੇ ਜ਼ਰੂਰ ਬਣਾਈ ਹੈ। ਕੇਰਲਾ ਦੀ ਪੁਲਿਸ ਦਾ ਆਮ ਲੋਕਾਂ ਦੇ ਨਾਲ ਵਤੀਰਾ ਕਾਫੀ ਜ਼ਿਆਦਾ ਵਧੀਆ ਹੈ ਤੇ ਇੱਥੇ ਲੇਡੀਜ਼ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੀ ਸਮੱਸਿਆ ਨੂੰ ਸੁਣ ਕੇ ਹੱਲ ਕੀਤਾ ਜਾਂਦਾ ਹੈ। ਅਜੇ ਹਰ ਰਿਪੋਰਟਾਂ ਦਾ ਕਹਿਣਾ ਹੈ ਕਿ ਕੇਰਲਾ ਪੁਲਿਸ ਦਾ ਆਪਣੀ ਸਟੇਟ ਦੇ ਉੱਪਰ ਪੂਰੀ ਚੰਗੀ ਤਰ੍ਹਾਂ ਦੇ ਨਾਲ ਕੰਟਰੋਲ ਹੈ। ਇਹੀ ਕਾਰਨ ਕਰਕੇ ਕੇਰਲਾ ਦੀ ਪੁਲਿਸ ਦਾ ਸਕੋਰ ਹੈ 7.53। ਨੰਬਰ 3 ਤੇ ਇਸ ਲਿਸਟ ਦੇ ਵਿੱਚ ਨਾਮ ਆਉਂਦਾ ਹੈ ਜੀ ਅਸਾਮ ਦਾ। ਅਸਾਮ ਦੀ ਪੁਲਿਸ ਆਮ ਲੋਕਾਂ ਦੇ ਵਿਚਕਾਰ ਕਾਫੀ ਜ਼ਿਆਦਾ ਵਿਚਰਦੀ ਹੈ। ਅਸਾਮ ਦੇ ਲੋਕਾਂ ਕੋਲ ਚਾਹੇ ਇੰਨਾ ਪੈਸਾ ਨਹੀਂ ਹੁੰਦਾ, ਪਰ ਇਹ ਕਾਫੀ ਜ਼ਿਆਦਾ ਮਿਲਣਸਾਰ ਹੁੰਦੇ ਨੇ। ਇਸ ਕਰਕੇ ਤੁਸੀਂ ਅਸਾਮ ਦੀ ਪੁਲਿਸ ਨੂੰ ਆਮ ਲੋਕਾਂ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਡੀਲ ਕਰਦੀ ਦੇਖੋਗੇ। ਤੁਹਾਨੂੰ ਅਸਾਮ ਦੀ ਅਖਬਾਰਾਂ ਦੇ ਵਿੱਚ ਇਹ ਬਹੁਤ ਘੱਟ ਦੇਖਣ ਨੂੰ ਮਿਲੇਗਾ ਕਿ ਇੱਥੇ ਕੋਈ ਪੁਲਿਸ ਮੁਲਾਜ਼ਮ ਰਿਸ਼ਵਤ ਲੈਂਦਾ ਫੜਿਆ ਗਿਆ ਹੋਵੇ। ਇਹੀ ਕਾਰਨ ਕਰਕੇ ਅਸਾਮ ਦੀ ਪੁਲਿਸ ਦਾ ਸਕੋਰ 7.89 ਹੈ। ਇਸ ਲਿਸਟ ਦੇ ਵਿੱਚ ਨੰਬਰ 2 ਤੇ ਹੈ ਜੀ ਹੈਦਰਾਬਾਦ ਤੇਲਗਾਨਾ। ਤੇਲਗਾਨਾ ਪੁਲਿਸ ਦੇ ਚਰਚੇ ਤੁਸੀਂ ਅਕਸਰ ਹੀ ਅਖਬਾਰਾਂ ਦੇ ਵਿੱਚ ਸੁਣੇ ਹੋਣਗੇ, ਖਾਸ ਕਰਕੇ ਹੈਦਰਾਬਾਦ ਦੀ ਪੁਲਿਸ ਬਾਰੇ। ਇੱਥੋਂ ਦੀ ਪੁਲਿਸ
रैंक मिलिया है वह है जी आंध्रा प्रदेश की पुलिस। आंध्रा प्रदेश भावें दूजिया स्टेटा के नालों इन्ना ज़्यादा डिवेलप नहीं है, पर जदों गल पुलिस की आए तो इस तो वधिया पुलिस तुहानू इंडिया दे विचों किते भी नहीं मिलेगी। इत्थों की पुलिस की पहली प्योरिटी ईमानदारी है, तो इत्थे करप्शन तुहानू बहुत बहुत ज़्यादा घट देखण नू मिलेगी। यही कारण करके इत्थे अपराध की दर भी काफ़ी ज़्यादा घट है कि अज दिन आंध्रा प्रदेश की पुलिस का स्कोर है 8.11। तो इन्ने स्कोर कारण आंध्रा प्रदेश की पुलिस पूरे इंडिया के सब तो बेस्ट पुलिस मनी जाती है। इस जी इंडिया की पुलिस के नाल जुड़ी हुई कुछ रोचक जानकारी तुहानू साडी वीडियो किदां लगी कमेंट करके जरूर दसना, तो साडे यूट्यूब चैनल जो टीवी जरूर सबसक्राइब करना। धन्यवाद।